ਸਤਿ ਸ਼੍ਰੀ ਅਕਾਲ ਜੀ ਕਿਸਾਨ ਵੀਰੋ, ਆਹ ਖੇਤ ਜਿਹੜਾ ਤੁਸੀਂ ਦੇਖਦੇ ਹੋ ਜੀ, ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਆ। ਸਾਡੇ ਅਗਾਂਹ ਵਧੂ ਕਿਸਾਨ ਸਰਦਾਰ ਗੁਰਜੀਤ ਸਿੰਘ, ਸੈਨਾ ਭੁਪਿੰਦਰ ਸਿੰਘ, ਪਿੰਡ ਮਾਨੂਪੁਰ, ਬਲਾਕ ਸਮਰਾਲਾ। ਅਤੇ ਪਿਛਲੇ ਕਈ ਸਾਲਾਂ ਤੋਂ ਕਿਸਾਨ ਵੀਰ ਕਣਕ ਦੀ ਬਿਜਾਈ ਜਿਹੜੀ ਹੈਪੀ ਸੀਡਰ ਨਾਲ ਕਰ ਰਹੇ ਆ। ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਪੀ ਸੀਡਰ, ਸਤਿ ਸ਼੍ਰੀ ਅਕਾਲ ਜੀ ਗੁਰਜੀਤ ਜੀ। ਸਤਿ ਸ਼੍ਰੀ ਅਕਾਲ ਸਰ ਜੀ। ਆਪਣੇ ਹੈਪੀ ਸੀਡਰ ਦਾ ਹੁਣ ਤੱਕ ਦਾ ਤੁਹਾਡਾ ਤਜਰਬਾ ਕਿਵੇਂ ਰਿਹਾ ਅਤੇ ਕਿੰਨਾ ਰਕਬਾ ਇਸ ਸਾਲ ਆਇਆ? ਇਸ ਸਾਲ ਜੀ ਤਾਂ ਹੈਗੇ ਨਾ 10 ਕਿੱਲੇ। ਅੱਛਾ ਜੀ। ਅਤੇ ਅੱਗੇ ਫਿਰ ਮੈਂ ਤਕਰੀਬਨ ਸਾਰੀ ਉਹ ਜਿਹੜੀ 24-25 ਕਿੱਲੇ ਹੁੰਦੇ ਸੀਗੇ ਮੇਰੇ ਕਣਕ ਦੇ, ਹਾਂਜੀ, ਉਹ ਮੈਂ ਇਹਦੇ ਨਾਲ ਹੈਪੀ ਸੀਡਰ ਨਾਲ ਬੀਜਦਾ ਸੀਗਾ। ਅਤੇ ਪਿਛਲੇ ਸਾਲ ਜੇ ਐਵਰੇਜ ਝਾੜ ਦੇ ਦੱਸੇ ਕਿੰਨਾ ਕੁ ਰਿਹਾ ਜੀ ਆਪਣਾ ਹੈਪੀ ਸੀਡਰ ਨਾਲ? ਐਵਰੇਜ ਜੀ 23-24 ਕੁਇੰਟਲ ਦੀ ਐਵਰੇਜ ਪੈ ਗਈ ਸੀਗੀ। ਅੱਛਾ ਜੀ। ਨਦੀਨ ਨਾਸ਼ਕ ਜਾਂ ਨਦੀਨਾਂ ਦੀ ਰੋਕਥਾਮ? ਨਦੀਨਾਂ ਦੀ ਰੋਕਥਾਮ ਸਰ ਜੀ, ਜਿਵੇਂ ਇੱਕ ਏਕੜ ਭਰ ਲਿਆ ਖੇਤ ਤਾਂ ਉਹਦੇ ਵਿੱਚ ਸਨਕੋਰ ਪਾ ਦੇਈ ਦੀ ਅਸੀਂ ਤਾਂ। ਅੱਛਾ ਜੀ। ਰੇਹ 'ਚ ਮਿਲਾ ਕੇ ਜੇ 240 ਦੀ ਲੋੜ ਪਵੇ ਆ, ਨਦੀਨ ਹੁੰਦੀ ਆ ਖੰਡੀ ਬਾਥੂ, ਤਾਂ ਇਹਦੀ ਸਪਰੇ ਮਾਰ ਦੇਈਦੀ ਆ ਜਿੱਥੇ ਜਿਹੜੇ ਖੇਤ 'ਚ ਹੈਗੀ ਆ। ਅਤੇ ਪਿਛਲੇ ਇੰਨੇ ਸਾਲਾਂ ਤੋਂ ਕਦੇ ਗੁਲਾਬੀ ਸੁੰਡੀ ਦਾ ਹਮਲਾ ਤੁਹਾਡੇ ਖੇਤਾਂ 'ਚ ਆਇਆ ਹੋਵੇ ਵੀ ਬਹੁਤ ਫਸਲ ਖਰਾਬ ਹੋਈ ਹੋਵੇ? ਨਹੀਂ, ਮੇਰੇ ਨਾਲ ਤਾਂ ਕੋਈ ਉਹ ਨਹੀਂ ਆ, ਜਿਹੜੀ ਮਾੜੀ ਜਿਹੀ ਪ੍ਰੋਬਲਮ ਆਈ ਸੀ ਇਸੇ ਕਰਕੇ ਤੁਹਾਨੂੰ ਅੱਜ ਬੁਲਾਇਆ ਸੀ। ਇਹ ਵੀ ਤੁਸੀਂ ਦੱਸਿਆ ਵੀ ਕੋਈ ਖਾਸ ਗੱਲ ਨਹੀਂ ਹੈਗੀ ਕੋਈ ਫਿਕਰ ਕਰਨੇ ਵਾਲੀ। ਪਿਛਲੇ ਸਾਲਾਂ 'ਚ ਕੋਈ ਨਹੀਂ ਹੋਇਆ, ਪਿਛਲੇ ਸਾਲਾਂ 'ਚ ਕਦੇ ਵੀ ਨਹੀਂ ਕੋਈ ਪ੍ਰੋਬਲਮ ਆਈ। ਬਿਜਾਈ ਦਾ ਅਤੇ ਓਵਰਆਲ ਕਿੰਨਾ ਕੁ ਖਰਚਾ ਲੱਗਦਾ ਤੁਹਾਨੂੰ ਵੀ ਹੈਪੀ ਸੀਡਰ ਨਾਲ ਘੱਟ ਰਿਹਾ? ਹੈਪੀ ਸੀਡਰ ਨਾਲ ਸਰ ਜੀ, ਇੱਕ ਤਾਂ 2-3 ਵਾਰ ਟਰੈਕਟਰ ਨੇ ਘੁੰਮਣਾ ਖੇਤ ਦੇ ਵਿੱਚ। ਹਾਂਜੀ। ਅਤੇ 3-3.5 ਲੀਟਰ ਤੇਲ ਦੀ ਐਵਰੇਜ ਇੱਕ ਵਾਰ 'ਚ ਪੈਂਦੀ ਆ, ਮਤਲਬ 7 ਕੁ ਲੀਟਰ ਨਾਲ ਤੇਲ ਦੀ ਐਵਰੇਜ ਆ ਬਸ, ਕੀਲਾ ਬੀਜਿਆ ਜਾਂਦਾ। ਠੀਕ ਹੈ ਜੀ। ਅਤੇ ਮੇਰੀ ਤਾਂ ਹੁਣ ਤੁਸੀਂ ਕਹਿੰਦੇ ਹੋ ਵੀ ਚੁੰਡਿਆਂ 'ਚ ਨਾ, ਮੇਰੀ ਤਾਂ ਐਤਕੀ ਹੌਸਲਾ ਵੀ ਗਾਹਾਂ ਅਤੇ ਡੰਡਿਆਂ ਦੇ ਵਿੱਚ ਹੀ ਬੀਜੀ ਹੈ। ਹਾਂਜੀ ਹਾਂਜੀ ਹਾਂਜੀ। ਵੀ ਖਰਚਾ ਹੋਰ ਘਟਾ ਦਈਏ, ਵੀ ਮਲਚਰ ਫੇਰਨਾ ਬੰਦ ਕਰੀਏ। ਹਾਂਜੀ ਠੀਕ ਹੈ ਜੀ, ਧੰਨਵਾਦ। ਓਕੇ ਜੀ।